और ਉੱਪਰ ਕੰਧਾਂ ਦੇ ਵਿੱਚ ਨਾ ਇੱਕ ਦਰਵਾਜ਼ੇ ਮੋਗੇ ਦੇ ਰੱਖੇ ਹੁੰਦੇ ਆ, ਉਹਨੂੰ ਰੋਸ਼ਨਦਾਨ ਵੀ ਕਹਿ ਦਿੰਦੇ, ਕੁਝ ਵੱਡੇ ਹੁੰਦੇ ਕੁਝ ਛੋਟੇ ਹੁੰਦੇ। ਜਦ ਐਸਾ ਹੋਇਆ ਤੇ ਔਰ ਸੰਮਨ ਜਿਹੜਾ ਇਹਦਾ ਸਰੀਰ ਨੌਜਵਾਨ ਸੀ, ਜਵਾਨੀ ਨੂੰ ਚੜ੍ਹਦਾ ਸੀ ਤੇ ਫੁਰਤੀਲਾ ਸੀ, ਉਹ ਉਸ ਮੋਗੇ ਦੇ ਬੀਤੀ ਪਤਲਾ ਹੋਣ ਕਰਕੇ अंदर लमक गया, क्योंकि अंदर लमकन वास्ते वजन दे नाल ही बंदा लमक जांदा है। अंदर नु अंदर नु लमक गया दुकान दे अंदर ते मूसन बार उपर खड़ा निगाहशानी ते है, और श्री साहिबां गात्रे दे विच श्री साहिब है भी कोई आ ना जाए जां कोई रौला ना पै जाए। रब दी देव नित होई अंदरों सम्मन ने ਉਹ 500 ਵਾਲੀ ਥੈਲੀ ਚੱਕੀ, ਆਪਣੇ ਬਾਪ ਨੂੰ ਉੱਪਰ ਪਕੜਾ ਦਿੱਤੀ ਆ। ਬਾਪ ਨੇ ਉਹ 500 ਦੀ ਜਿਹੜੀ ਥੈਲੀ ਸੰਭਾਲੀ, ਹੁਣ ਪੁੱਤਰ ਨੂੰ ਕਹਿੰਦਾ ਪੁੱਤਰਾ ਤਾਂ ਨਿਕਲਿਆ। ਜਦੋਂ ਰੱਬ ਦੀ ਦੇਵ ਨੇ ਤੇ ਮੇਰਾ ਗੁਰੂ ਜਦੋਂ ਪੇਪਰ ਪਾਉਂਦਾ ਹੈ ਨਾ, ਫਿਰ ਸਿੱਖ ਭੱਜ ਜਾਂਦੇ ਆ, ਕਿਤੇ ਥੋੜੀ ਜਿਹੀ ਪਰਖ ਦੀ ਕਸਵੱਟੀ ਆ ਜਾਵੇ ਤੇ ਜਦੋਂ ਗੁਰੂ ਪਾਵੇ ਉਦੋਂ ਅਸੀਂ ਭੱਜਦੇ ਹਾਂ। ਜਿੱਦਣ ਸਾਡੇ ਘਰੇਲੂ ਬਣਦਾ ਆਵੇ ਫਿਰ ਅਸੀਂ ਗੁਰੂ ਦੇ ਇਤਿਹਾਸ ਦੇ ਐਗਜ਼ਾਮਪਲ ਦੇ ਕੇ ਦੱਸਦੇ ਹਾਂ ਉਹ ਵੀ ਆ ਸੀ ਉਹ ਵੀ ਆ ਸੀ। ਨਹੀਂ, ਗੁਰੂ ਦਾ ਭਾਣਾ ਜਿੰਨਾ ਮੰਨਿਆ ਗੱਲ ਉਹਨਾਂ ਦੀ ਗੁਰਬਾਣੀ ਤੇ ਇਤਿਹਾਸ ਨੇ ਕਹੀ। ਔਰ ਜਦੋਂ ਬੱਚਾ ਉੱਪਰ ਨਿਕਲਣ ਲੱਗਾ ਤੇ ਪਿਆਰਿਓ ਔਰ ਥੋੜਾ ਜਿਹਾ ਉੱਪਰ ਆਇਆ ਗੱਲ ਤੋਂ ਉੱਪਰ ਤੇ ਬਾਹਾਂ ਬਾਹਰ ਹੁਮਣ ਗਈਆਂ, ਉਹਦੇ ਵਿੱਚ ਫਸ ਗਿਆ, ਕਿਉਂਕਿ ਤਾਂ ਨੂੰ ਸਰੀਰ ਦਾ ਜ਼ੋਰ ਨਹੀਂ ਚੱਲਦਾ। ਥੱਲੇ ਨੂੰ ਤਾਂ ਵਜਨ ਨਾਲ ਹੀ ਡਿੱਗ ਸਕਦਾ ਹੈ, ਉੱਪਰ ਨੂੰ ਜ਼ੋਰ ਨਹੀਂ ਚੱਲਦਾ। ਪਿਓ ਖਿੱਚਦਾ ਪੁੱਤਰ ਬਾਹਰ ਨੂੰ ਨਿਕਲਣਾ ਚਾਹੁੰਦਾ, ਉਹ ਮੋਗੇ ਦੇ ਵਿੱਚ ਫਸ ਗਿਆ, ਬਾਹਰ ਨਹੀਂ ਆਇਆ ਜਾਂਦਾ। ਇੰਨੇ ਨੂੰ ਦਿਨ ਦਾ ਚੜਾਓ ਹੋਣ ਲੱਗਾ। ਆਖਿਰਕਾਰ ਸੰਮਨ ਨੇ ਆਪਣੇ ਪਿਤਾ ਮੂਸਨ ਨੂੰ ਕਹਿਣਾ ਕੀਤਾ, ਪਿਤਾ ਜੀ ਦਿਨ ਦਾ ਚੜਾਓ ਹੁੰਦਾ ਜਾ ਰਿਹਾ ਹੈ, ਇਥੋਂ ਨਿਕਲਿਆ ਨਹੀਂ ਜਾ ਰਿਹਾ, ਤੇ ਪੁੱਤਰਾ ਮੋਗਾ ਭੰਨ ਲੈਨੇ ਆ, ਤੈਨੂੰ ਤਾਂ ਮੈਂ ਲਜਾਏ ਬਗੈਰ ਪੁੱਤਰਾ ਇਥੋਂ ਜਾਵਾਂਗਾ ਨਹੀਂ। ਤੇ ਜਦੋਂ ਇਹ ਗੱਲ ਕਹੀ ਕਹਿੰਦੇ ਪਿਤਾ ਜੇ ਮੋਗਾ ਭੰਨਿਆ ਖੜਾਕ ਹੋਵੇਗਾ, ਲਾਗੇ ਲੋਕ ਉੱਠ ਖਲੋਣਗੇ ਤੇ ਇਕੱਠੇ ਹੋ ਜਾਣਗੇ, ਪਕੜ ਕੇ ਕੋਤ ਵਾਲੀ ਦੇ ਦੇਣਗੇ ਤੇ ਕਹਿਣਗੇ ਗੁਰੂ ਕੇ ਸਿੱਖ ਆ ਕੰਮ ਕਰਦੇ ਨੇ, ਚੋਰੀ ਕਰਦੇ ਪਏ, ਭਾਵੇਂ ਅਸੀਂ ਆਪਣਾ ਧਨ ਹੀ ਲਿਆ ਹੈ, ਉਹਦਾ ਕੁਝ ਨਹੀਂ। ਤੇ ਔਰ ਫਿਰ ਗੁਰੂ ਕੀ ਸੇਵਾ ਸੰਗਤ ਦਾ ਸਮਾਂ ਅਜਾ ਹੀ ਚਲਾ ਜਾਵੇਗਾ। ਪਿਤਾ ਜੀ ਇੱਕ ਕੰਮ ਕਰੋ। ਪੁੱਤਰਾ ਕੀ ਕਰਾਂ ਪਿਤਾ ਜੀ, ਔਰ ਦਿਨ ਦਾ ਚੜਾਓ ਹੁੰਦਾ ਹੈ ਉਦੋਂ ਪਹਿਲਾਂ ਮੇਰਾ ਸਿਰ ਵੱਢ ਦੇਵੋ ਤੇ ਮੇਰਾ ਸਿਰ ਲੈ ਕੇ ਤੁਸੀਂ ਘਰ ਨੂੰ ਚਲੇ ਜਾਓ। ਸਿਰ ਤੋਂ ਬਗੈਰ ਲਾਸ਼ ਦੀ ਪਹਿਚਾਣ ਕੋਈ ਨਹੀਂ ਆਵੇਗੀ, ਕੋਈ ਸਿੱਖੀ ਤੇ ਗੁਰੂ ਤੇ ਉਂਗਲ ਨਹੀਂ ਉਠਾ ਸਕੇਗਾ। ਹੁਣ ਕੋਈ ਚਾਰਾ ਨਾ ਸੰਗਤ ਜੀ ਚੱਲਿਆ, ਕਿਸੇ ਪਾਸਿਓਂ ਵਾਹ ਪੇਸ਼ ਨਾ ਗਈ। ਸੰਮਨ ਦਾ ਸਿਰ ਮੂਸਨ ਪਿਤਾ ਨੇ ਆਪਣੇ ਹੱਥੀ ਤਲਵਾਰ ਦਾ ਵਾਰ ਕੀਤਾ, ਸਿਰ ਉੱਪਰੋਂ ਕੱਟਿਆ ਗਿਆ ਤੇ ਧੜ ਥੱਲੇ ਧੜ ਕਰਕੇ ਅੰਦਰ ਫਿਰ ਡਿੱਗ ਪਿਆ। ਉਦੋਂ ਪਿਤਾ ਦਾ ਜੇਰਾ ਕਿਹੋ ਜਿਹਾ ਹੋਵੇਗਾ ਦੋਨਾਂ ਨੇ, ਇਸ ਕਰਕੇ ਕਿ ਗੁਰੂ ਤੇ ਗੱਲ ਨਾ ਆਵੇ। ਔਰ ਸੀਸ ਬਲੇਟਿਆ ਪੁੱਤਰ ਦਾ, ਲਿਆ ਕਰਕੇ ਘਰੇ ਆਪਣੇ ਮਨ ਨੂੰ ਦਬਾ ਕੇ ਪਿਛਲੇ ਕਮਰੇ ਦੇ ਅੰਦਰ ਰੱਖ ਦਿੱਤਾ ਹੈ। ਔਰ ਪਿਆਰਿਓ ਔਰ ਚੱਕ ਕਰਕੇ ਧੰਨ ਔਰ ਇਸ਼ਨਾਨ ਕਰਕੇ ਤੇ ਜਿੱਥੇ ਜਿੱਥੇ ਕਿਹਾ ਸੀ ਮੈਨੂੰ ਇੱਥੇ ਮਠਿਆਈ ਦਿਓ ਆ ਰਸ ਦਿਓ, ਉਹ ਰਸ ਲਿਆ ਕੇ ਦਿਨ ਚੜਿਆ ਤੇ ਢੋਣ ਲੱਗ ਪਿਆ। ਦੂਜਾ ਪਾਸਾ ਹੋਇਆ ਹੈ ਤੇ ਜਿਹੜਾ ਸ਼ਾਹੂਕਾਰ ਨੇ ਅੱਜ ਜਾ ਕੇ ਦੁਕਾਨ ਖੋਲੀ ਤੇ ਦੇਖਿਆ ਸਿਰ ਤੋਂ ਬਿਨਾਂ ਇੱਕ ਲਾਸ਼ ਪਈ, ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ਾਹੂਕਾਰ ਕੰਬ ਗਿਆ। ਜਦੋਂ ਕੰਬ ਗਿਆ ਤੇ ਪਿਆਰੇ ਉਸ ਨੇ ਮਨ ਅੰਦਰ ਖਿਆਲ ਕੀਤਾ ਗੁਰੂ ਕੇ ਸਿੱਖਾਂ ਨੂੰ ਮੈਂ, ਔਰ ਜਵਾਬ ਦਿੱਤਾ ਉਹਨਾਂ ਦੇ ਧਨ ਤੋਂ ਇਹ ਕੋਈ ਮੇਰਾ ਇੱਕ ਕਰਮ ਆ, ਮੇਰੇ ਸਾਹਮਣੇ ਆਇਆ, ਜੇ ਪਤਾ ਲੱਗ ਗਿਆ ਮੈਂ ਕਤਲ ਦੇ ਵਿੱਚ ਅੰਦਰ ਹੋ ਜਾਵਾਂਗਾ। ਉਹਨੇ ਦੁਕਾਨ ਨੂੰ ਤਾਲਾ ਲਾਇਆ, ਭੱਜ ਕੇ ਆਇਆ ਔਰ ਰਸਤੇ ਵਿੱਚ ਮੂਸਨ ਮਿਲ ਗਿਆ।
रस सिर ते चक्की आउंदा सी मूसन दे कदम पकड़ लए कहन लगा मैं तुहाडी नाल ज्यादती कीती तका कीता मैनू बख्श देवो मैं तुहाडा धन वी 500 देवांगा मेरी रात दुकान विच चोरी हो गई और सिर तो बगैर अंदर लाश पई है रौला पै गया मैं अंदर हो जावांगा और तुसी बड़े सिख वफादार हो और बड़े दुख विचों कढ़न वाले हो मेरे ते कृपा करो लाश नूं टिकाणे ला दे तेरा 500 तां देना ही है और सजना और तेरा 500 देना मैं तेनूं 500 होर देवांगा जे टिकाणे ला दे अगू भाई सम्मन और जेड़ा है मूसन कह लगा शाहूकारा मैनू एक भी दमड़ी दी लोड़ नहीं ते ओ लाश नू मैं रस्त लिया रहा है लोगां नू ये लगेगा दे घरे भंडारा है मैं रस्त दे नाल तेरे घरों लाश दी पंड बन के चक लिया है और पिता फिर गया अज पंड बद्दी जिवें पंडा बन के समान दियां लिया सी मैं सोचना उन्हें पिता ने अपने मन नूं किवें रोकिया होवेगा जो पुत्र दा सिर तो बगैर ताड़ लेथू पेथू पिया होया वेख्या होवेगा और गठड़ी बद्दी ते उन्हें सिर ते रख के तुरिया हुंदा है ते लोग पुछदे आ समणा की आ ते मूसना की आ कहंदा महाराज ने आउणा आ संगत ने आउणा आ लंगर पानी दी रस्त लेके आ रहे हैं और लिया के जिथे सिर रखिया सी उथे ही पुत्र दा ताड़ रख के सिर नाल ला दिता उपर कपड़ा पाके आप भोजन तैयार करन विच जुट गया हुण इन्ने नूं जदों सारे पुत्र नूं रख दिता पता किसे नूं कोई नहीं लग्या होया किया ते प्यारो भाई सम्मन आप ही रस्ता चक चक के लिया आप ही और हलवाइया दे कोल जांदा है पता किसे नूं कोई नहीं इन्ने नूं संगत आउन लगी ते अगे अगे आवाज सिक देंदा हुंदा है सतगुरु आ गए गुरु अर्जन देव महाराज सच्चे पातशाह अज भाई मूसन दे घर विच आए ने नाल संगत आई मेरी सच्ची सरकार और चौंकड़ा मार के बैठे भोजन संगत जी तैयार हो गया उस वक्त और सतगुरु महाराज जी ने अगे भी और बर्तन रखे गए संगत अगे रखे ते सब मूसन ने जल लिया संगत दे हाथ धोंदा धोंदा जद सच्ची सरकार गुरु अर्जन देव महाराज दे कोल आया महाराज साहब कहंदे मूसना जिदन नमंत्र देन गया सा उदन पुत्र सम्मन तेरे नाल सी ओ अज कल्ला ही मैं देखदा है तू सारी संगत दे हाथ धमाउणा फिरदा आ ओ तेरा पुत्र किथे आ ओनू आवाज मार ते प्यारे उदो किवें अंदरों सतगुरु नाल गल कीती होएगी बड़ा मन नूं टका के कहन लगा हे अंतरजामी मेरे मालक दिलां दियां जानन हारे दा तार जी और सम्मन रात दा थकिया टुटा है कल दा सुता है महाराज साहब कहंदे मूसना ऐं क्यों करदे ओनू जगा आवाज मार ओ आके नाल वरताएगा ओ आके हाथ धोएगा फिर असीं भोजन छकांगे ते भर गया मन सिख दा अंदरों कहन लगा दाता सम्मन अगे जेड़ा आम नींदे सौंदा मैं आवाज मारदा सां उठ जांदा सी अज ऐसी गूढ़ी नींद विच दाता ओ सौं गया है ते मेरी आवाज नाल नहीं जे उन्ने जगना जे तुसी उन्नू जगाना है ते कृपा तुसी करके वेखो कहंदे मेरे दाते ने दीन दुनी दे मालक गुरु अर्जन देव महाराज तो बैठे आवाज मारी पुत्र सम्मन आ संगत उड़ीक दिया तू आएगा प्रशादा वरता सी शकांगे मेरा गुरु आवाज मारे उठ के कोई क्यों ना आवे तरलोकी क्यों ना उठ के तुर पवे क्योंकि मुर्दिया नु जिंदा कर देंदा है मृतक को पायो तन सासा
ਬਿਸ਼ਰਤ ਆਨ ਮੁਲਾਇਆ ਮੁਰਦੇ ਜਿੰਦਾ ਕਰ ਦਿੰਦਾ ਹੈ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਪ੍ਰਭੂ ਨੂੰ ਪਾ ਜਾਵੇ ਤੇ ਸਵਾਸਾਂ ਤੋਂ ਬਗੈਰ ਉਹਦੀ ਰਖਵਾਲੀ ਕਰ ਦਿੰਦਾ ਹੈ ਅੱਜ ਪਿਆਰਿਓ ਹੋਇਆ ਕੀ ਸੱਚੀ ਸਰਕਾਰ ਨੇ ਆਵਾਜ਼ ਮਾਰੀ ਆ ਤੇ ਭਾਈ ਸੰਮਨ ਜਿਹੜਾ ਆ ਔਰ ਅੰਦਰੋਂ ਵਾਹਿਗੁਰੂ ਵਾਹਿਗੁਰੂ ਕਰਦਾ ਉੱਠ ਕੇ ਬਾਹਰ ਆ ਰਿਹਾ ਹੈ ਕਹੋ ਸਤਨਾਮ ਵਾਹਿਗੁਰੂ ਔਰ ਜਿਹੜਾ ਸੰਮਨ ਆਇਆ ਪਹਿਲਾਂ ਬਾਪ ਦੇ ਨੇਤਰ ਸੇਜਲ ਨਹੀਂ ਹੋਏ ਕਿਸੇ ਨੂੰ ਪਤਾ ਨਾ ਲੱਗ ਜਾਏ ਹੁਣ ਨੇਤਰਾਂ ਵਿੱਚੋਂ ਝੜੀ ਲੱਗ ਗਈ ਜਲਦੀ ਤੇ ਮੇਰੀ ਸੱਚੀ ਸਰਕਾਰ ਦੇ ਚਰਨ ਪਕੜ ਲਏ ਔਰ ਭਗਤ ਜੀ ਕਹਿੰਦੇ ਨਾ ਐਸੀ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ ਔਰ ਮਹਾਰਾਜ ਸਾਹਿਬ ਕਹਿੰਦੇ ਹੇ ਲਾਲ ਹੇ ਵਾਹਿਗੁਰੂ ਪਿਆਰੇ ਔਰ ਤੇਰੇ ਬਗੈਰ ਐਸਾ ਕੌਤੁਕ ਕੌਣ ਕਰ ਸਕਦਾ ਹੈ ਤੁਸੀਂ ਕਿਰਪਾ ਕਰ ਸਕਦੇ ਹੋ ਭੋਜਨ ਛਕਾ ਦਿੱਤਾ ਤੇ ਸੰਮਨ ਨੇ ਸੇਵਾ ਕੀਤੀ ਮੂਸਲ ਨੇ ਕੀਤੀ ਤੇ ਮਹਾਰਾਜ ਦੇ ਸਾਹਮਣੇ ਬੈਠ ਗਏ ਸੱਚੀ ਸਰਕਾਰ ਨੇ ਆਸ਼ੀਰਵਾਦ ਬਖਸ਼ਿਆ ਤੇ ਪਿਤਾ ਨੇ ਕਿਹਾ ਪੁੱਤਰਾ ਕਦੇ ਹਉਮੈ ਨਾ ਕਰਨ ਵੀ ਕਿ ਮੈਂ ਗੁਰੂ ਦੀ ਸੇਵਾ ਵਾਸਤੇ ਸਿਰ ਦਿੱਤਾ ਹੈ ਮੇਰੇ ਗੁਰੂ ਦੇ ਘਰੋਂ ਆਵਾਜ਼ ਆਉਂਦੀ ਆ ਕਿ ਸਿਰ ਦੀਜੈ ਕਾਨ ਨਾ ਕੀਜੈ ਕਦੇ ਇਹ ਨਾ ਹਉਮੈ ਮੈਂ ਸਿਰ ਵਢਾ ਦਿੱਤਾ ਇਹ ਹਉਮੈ ਇਹਨੇ ਬਰਬਾਦ ਕਰਕੇ ਧਰ ਦੇਣਾ ਹੀ ਔਰ ਮਹਾਰਾਜ ਕਿਰਪਾ ਕਰੋ ਮਹਾਰਾਜ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਇਹ ਦੋ ਸਿੱਖ ਦੂਜੇ ਦੋ ਸਿੱਖ ਔਰ ਭਾਈ ਅਦਮ ਪਤੰਗ ਔਰ ਪਤੰਗ ਕਰਕੇ ਨਾਮ ਉਹਨਾਂ ਦਾ ਜ਼ਿਆਦਾ ਮਸ਼ਹੂਰ ਹੈ ਉਹ ਭਾਈ ਪਤੰਗ ਜੀ ਜਿਹੜੇ ਨੇ ਉਹ ਬੜੇ ਸਤਿਗੁਰੂ ਦੀ ਕਿਰਪਾ ਨਾਲ ਸਰਦੇ ਵਰਦੇ ਨੇ ਔਰ ਉਹਨਾਂ ਕੋਲ ਇੱਕ ਜਮਾਲ ਨਾਮ ਦਾ ਪਠਾਨ ਆਇਆ ਉਹ ਆਪਣੀ ਮਾਇਆ ਜਿਹੜੀ ਸੀ 800 ਮੋਹਰ ਉਹਦੇ ਕੋਲ ਜਮ੍ਹਾਂ ਕਰਾ ਗਿਆ ਕਿ ਹਰ ਕੋਈ ਉਹਨੇ ਕੋਲ ਸਿੱਖ ਦੇ ਮਾਇਆ ਜਮ੍ਹਾਂ ਕਰਾਇਆ ਕਰਦਾ ਸੀ ਅੱਜ ਇਹ ਪਠਾਨ ਜਮਾਲ ਨਾਂ ਦਾ ਆਪਣੀ ਮਾਇਆ ਜਮ੍ਹਾਂ ਕਰਾ ਕੇ ਤੁਰ ਗਿਆ ਔਰ ਪਿਆਰਿਓ ਕਾਰੋਬਾਰ ਧੰਦਾ ਵਡੇਰਾ ਸੀ ਇਹ ਜਿਹੜਾ ਸੀ ਨਾ ਪਤੰਗ ਗੁਰੂ ਕਾ ਸਿੱਖ ਰਜਿਸਟਰ ਤੇ ਲਿਖਣੀ ਭੁੱਲ ਗਿਆ ਮਾਇਆ ਜਿਹੜੀ ਮੋਹਰਾਂ ਸੰਭਾਲ ਲਈਆਂ ਤੇ ਸਮਾਂ ਪਾ ਕੇ ਕਿਤੇ 7-8 ਮਹੀਨਿਆਂ ਬਾਅਦ ਉਹ ਪਠਾਨ ਆਇਆ ਲਿਆ ਮੇਰੀ ਮਾਇਆ ਔਰ ਭਾਈ ਪਤੰਗ ਨੇ ਰਜਿਸਟਰ ਚੁੱਕਿਆ ਕਹਿੰਦਾ ਤੇਰਾ ਤਾਂ ਨਾਂ ਹੀ ਹੈ ਨੀ ਤੈਨੂੰ ਭੁਲੇਖਾ ਲੱਗਾ ਕਹਿੰਦਾ ਮੈਂ ਜਮ੍ਹਾਂ ਕਰਾ ਕੇ ਗਿਆ ਔਰ ਤੂੰ ਮੈਨੂੰ ਸਰਾਸਰੀ ਜਵਾਬ ਦਿੱਤਾ ਉਹ ਉੱਥੋਂ ਦੇ ਹਾਕਮ ਦੇ ਕੋਲ ਗਿਆ ਹਾਕਮ ਨੇ ਦੋਨਾਂ ਧਿਰਾਂ ਦੀ ਗੱਲ ਸੁਣੀ ਹਾਕਮ ਨੇ ਗੱਲ ਸੁਣ ਕਰਕੇ ਨਿਆਂ ਕੀਤਾ ਕਿਆ ਤੇਲ ਦੇ ਵਿੱਚ ਹੱਥ ਪਾਓ ਜਿਹਦਾ ਬਚ ਗਿਆ ਸੱਚਾ ਤੇ ਦੂਜਾ ਝੂਠਾ ਦੋਨੇ ਗੱਲਾਂ ਸੁਣਾ ਰਹੇ ਹੋ ਮੈਂ ਨਿਰਣਾ ਕੀ ਕਰਾਂ ਜਦੋਂ ਬਾਹਾਂ ਪਾਈਆਂ ਤੇ ਜਿਹੜਾ ਸੀ ਨਾ ਔਰ ਭਾਈ ਪਤੰਗ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਧਰਿਆ ਪਿਆਰਿਓ ਵਿਦਵਾਨ ਲਿਖਦੇ ਨੇ ਕਿ ਉਹਦੇ ਹੱਥ ਨੂੰ ਆਂਚ ਵੀ ਨਾ ਆਈ ਕਿਉਂਕਿ ਅਗਨੀ ਵੀ ਜਿਹੜੀ ਹੈ ਨਾ ਜਿਹਦੇ ਅੰਦਰ ਗੁਰੂ ਦਾ ਬਚਨ ਵੱਸਦਾ ਹੈ ਉਹਨੂੰ ਸਾੜ ਨਹੀਂ ਸਕਦੀ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਭਾਏ ਨਾ ਸਕੈ ਜਲੇ ਅੱਗ ਸਾੜ ਨਹੀਂ ਸਕਦੀ ਸਾੜ ਨਹੀਂ ਸਕਿਆ ਉਹਨੂੰ ਡੁਲਾ ਨਹੀਂ ਸਕਿਆ ਤੇ ਜਿਹੜਾ ਸੀ ਨਾ ਪਠਾਨ ਉਹਦਾ ਕੀਦਾ ਇੱਕ ਤੇ ਨਹੀਂ ਸੀ ਕਦੇ ਉਹ ਕਿਸੇ ਪੈਗੰਬਰ ਨੂੰ ਯਾਦ ਕਰੇ ਕਦੇ ਕਿਸੇ ਪੈਗੰਬਰ ਨੂੰ ਯਾਦ ਕਰੇ ਤੇ ਬਾਂਹ ਸਾਰੀ ਮੱਚ ਗਈ ਸਾਰੀ ਮੱਚ ਗਈ ਇਹਦੇ ਤੇ ਸ਼ੰਕਾ ਨਾ ਕਰ ਲੈਣਾ ਕਿਉਂਕਿ ਭਾਈ ਦਿਆਲਾ ਦੇਗ ਵਿੱਚ ਉਬਲਿਆ ਉਹਦਾ ਵੀ ਅਕੀਦਾ ਇੱਕ ਤੇ ਆ ਸੀ ਨੀ ਉਚਾਰੀ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਦੇਖੋ ਕਦੇ ਸ਼ੰਕਾ ਨਾ ਮਨ ਚ ਲੈ ਆਉਣਾ ਔਰ ਪਿਆਰਿਓ ਜਦੋਂ ਐਸਾ ਹੋਇਆ ਤੇ ਉਹ ਜਿਹੜਾ ਸੀ ਨਾ ਪਠਾਨ ਜਮਾਲ ਝੂਠਾ ਪੈ ਗਿਆ ਬਈ ਨਿਰਣਾ ਹੋ ਗਿਆ ਕਹਿੰਦੇ ਬਈ ਇਹਨੇ ਤੇਰਾ ਕੁਝ ਨਹੀਂ ਦੇਣਾ ਤੇ ਜਿਹੜਾ ਭਾਈ ਪਤੰਗ ਸੀ ਬੜਾ ਧਰਮੀ ਸੀ ਘਰੇ ਆਇਆ ਸੋਚਿਆ ਕਹਿੰਦਾ ਆਦਮੀ ਨੇ ਝੂਠੇ ਹੁਣ ਜੇ ਝੂਠਾ ਸੀ ਉਹਨੇ ਤੇਲ ਚ ਹੱਥ ਕਿਉਂ ਪਾਇਆ ਹੱਥ ਸੜ ਗਿਆ ਉਹ ਚੀਕਾਂ ਵੀ ਮਾਰੀਆਂ ਪਰ ਉਹ ਅਜੇ ਵੀ ਕਹਿੰਦਾ ਸੀ ਮੈਂ ਦਿੱਤੀਆਂ
उन्हें जिन्ना अपना साजो समान जिन्ना प्राणा जमा किया ज्यों लगा गिन ज्यों लगा गिन वही ना मला मला के 800 मोर वध गई। कहंदा 800 दी गल करदा सी आ वध गई ते ओ 800 मोर चकी और भाई पतंग और उस जमाल पठान दे घरे लेके चला गया। कहंदा लै सजना मोर, कहंदा हद हो गई, न्या होया तू उथे जित गया और तू उदो मोर नी मनी, अज मोरा लेके आया मैनू लकाई च झूठा करके। कहंदा नहीं सजना, तू किदे मोरा दे के चला गया और मैं वही खाते ते लिखना भूल गया। मैं किसे और मन दे अंदर दे लोभ लालच करके नहीं रखिया, मैनू पता ही नहीं सी असल च। कहन लगा सजना असल च तू बचया किवें, तेरा इन्ना ईमान किवें, तू हुण जित गया सा, तू ना भी मोड़दा ते मैनू कोई नहीं सी क्योंकि मैं झूठा साबित हो गया सा। कहंदा मेरे गुरु ने एक गल नहीं सिखाई, मेरा गुरु आवाज दे के कहंदा है हक पुराया नानका ओ सुअर उस गाए, गुरपीर हामा ता भरे जम रुदार ना खाए। और सजना किसी दा हक ना मारी, अर कहंदे तेरा गुरु ऐसा कौन है? कहंदे धन गुरु अर्जन देव महाराज। गुरु अर्जन साहिब महाराज दे कोल आए भाई पतंग जी भाई और इस पठान नु लेके आया जमाल नु, चरना ते मत्था टेके जमाल ने किया महाराज अंतरजामी सतगुरु तुहानू सब कुछ पता है ते महाराज पर मेरा हाथ सड़िया क्यों और एदे कोल मोरा मैं सच्चा सा ते महाराज दा बचया की। महाराज कहंदे तू भी सच्चा, तू मोरा दित्तियां सी ए भी सच्चा, इन्हे रखियां सी जे बेईमानी हुंदी तेरे घरे ना लैके जांदा, पर इनू पता कोई नहीं सी चित दे विचों विसर गया, लिखना भुल गया सी। कह लगे दोने सच्चे महाराज फिर मेरा हाथ मचया क्यों, एदा हाथ बचया क्यों? गुरु अर्जन देव महाराज कहंदे दा अकीदा ए सिख दा ईमान भरोसा विश्वास केवल साडे ते सी गुरु नानक साहिब ते सी। कह लगे तेरा ईमान सकिंट सकिंट विच कदे किसे नू आवाज मारदा सा कदे किसे नू मारदा सा और एदे अंदर दी आवाज सी और नमस्कारा अंदरों करदा सी डंडौत बंदन अनक बार सर्व कला समर्थ बोलन ते राखो प्रभु नानक देख हाथ। कहंदे ए अरदासां करदा सी जुड़िया ते गुरु ने कृपा कीती हाथ दे के नू बचा लिया, इहदा हाथ सड़िया नहीं ते तेरा रिहा नहीं, तेरा अकीदा मान इक ते नहीं सी। इस करके इक ते ईमान लिया भरोसा लिया महाराज साहब ने फिर दो ए सिख और जेड़ा जालप ते पतंग ते सम्मन ते मूसन इन्हां चार सिखां नूं ए चौ बोले नाम दी बाणी दे सरलेख हेठ उपदेश दित्ता है। जिवें अगे चौ बोलियां दी व्याख्या आउंदी है अज केवल आप नाल उथानका भूमिका इहदी जिहड़ी ए सांझी कीती आ जो विद्वानां ने लिखी है। संगत जी देखो जे गुरु दी सेवा लई सम्मन ते मूसन वाले ध्यान मारो ओ गुरु दी सेवा वास्ते अपना सिर भी लहा देंदा है ते और प्यारो गुरु भी एनी कृपा करदा है ओ नाली पेपर सी परख सी मेरे गुरु ने ओहो जे कर दिता ते आर बुखार भर दिता जिहदा अकीदा भरोसा अपने गुरु ते है। मैनू बख्श दिया जे कुछ सिख छड के कुछ बाकी सारे असी आ ना मम्मी तुहाडे विच असी पता नहीं किन्नियां कबरां ते मत्था टेकदे आ किन्ने कबरां शबरां वालियां नूं मनाउने आ किन्ने दरखतां दी पूजा करदे आ किन्नियां दे दीवे जगाउने आ। साडा तां ईमान ही इक ते नहीं रिहा, साडा तां भरोसा ही इक ते नहीं रिहा। असीं गुरु ग्रंथ साहिब महाराज दी बाणी नूं आधार बनाईए, साडा गुरु गुरु बाणी है, बाणी गुरु गुरु है, बाणी विच बाणी अमृत सारे, गुरबाणी का सेवक जन माना है प्रतख गुरु निस्तारे। प्यारे जी दे हिरदे अंदर बाणी है, गुरु वसदा है, गुरु हाथ दे के ओदी रखवाली करदा है। कि सतगुरु मेहर करे बड़े ऐसे एग्जांपल ने बड़े प्रमाण ने किन्ना किन्ना दे गुरु का इतिहास भरिया पिया गुरु ने रखिया कीती। मैं केवल संखेप विच अर्ज कीता और जिवें उत्थान का लिखी और मैं जतन कीता है कि आप दे समक्ष ओना की बयान कर सकां कल नूं अगे चौ बोले बाणी जिहड़ी है
ਇਹਦਾ ਜਿਵੇਂ ਜਿਵੇਂ ਸਤਿਗੁਰੂ ਉਪਦੇਸ਼ ਦੇ ਰਹੇ ਆਪਾਂ ਨੂੰ ਉਹਨਾਂ ਸਿੱਖਾਂ ਨੂੰ ਉਹਨੂੰ ਸਰਵਣ ਕਰਨ ਦਾ ਯਤਨ ਕਰਾਂਗੇ। ਮੇਰੇ ਸਾਹਿਬ ਦੇ ਬਚਨ ਜਾਣ ਕੇ ਸਿੱਖਿਆਦਾਇਕ ਜਾਣ ਕੇ ਹਿਰਦਿਆਂ ਚ ਵਸਾਇਆ ਜੇ, ਭਰੋਸਾ ਅਮਾਨ ਆਪਣੇ ਗੁਰੂ ਤੇ ਲਿਆਇਆ ਜੇ, ਗੁਰੂ ਦੇ ਬਚਨਾਂ ਨੂੰ ਜਪਿਆ ਜੇ, ਸੇਵਕ ਮਾਇਆ ਜੇ, ਤੇ ਗੁਰੂ ਜਿੱਦਣ ਸਾਡੇ ਘਰ ਆ ਗਿਆ ਸਾਡੇ ਤੇ ਨਦਰ ਹੋ ਗਈ ਆਰ ਬੁਖਾਰ ਭਰ ਦੇਵੇਗਾ। ਬੇਅੰਤ ਫੁੱਲਾਂ ਦੀ ਖਿਮਾ ਗੁਰੂ ਕੇ ਬਚਨ ਜਾਣ ਹਿਰਦਿਆਂ ਚ ਵਸਾਵਣੇ। ਦਾਸ ਨੂੰ ਆਪ ਸੰਗਤ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰ ਦਾ ਕੁੱਕਰ ਜਾਣ ਕੇ ਬੇਅੰਤ ਫੁੱਲਾਂ ਦੀ ਖਿਮਾ ਅਰਦਾਸ ਅੰਦਰ ਸ਼ਾਮਿਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ